ਨਮਸਕਾਰ ਸਤ ਸ੍ਰੀ ਅਕਾਲ ਡੇ ਐਂਡ ਨਾਈਟ ਨਿਊਜ਼ ਦੇ ਜਾਗੂ ਪੰਜਾਬ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਨਾਲ ਹੀ ਸਵਾਗਤ ਕਰਦੇ ਹਾਂ ਅੱਜ ਸਾਡੇ ਸਟੂਡੀਓ 'ਚ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਦੇ ਪੋਤਰੇ ਅਭਿਤੇਜ ਸਿੰਘ ਸੰਧੂ ਆਏ ਹੋਏ ਨੇ ਤੁਸੀਂ ਸੋਚੋਗੇ ਅੱਜ ਇਹਨਾਂ ਨੂੰ ਇਸ ਵਿਸ਼ੇ ਤੇ ਗੱਲ ਕਰਨ ਲਈ ਬੁਲਾਇਆ ਹੋਵੇਗਾ ਅਸੀਂ ਸ਼ਾਇਦ ਇਹਨਾਂ ਨੂੰ ਨਾ ਹੀ ਬੁਲਾਉਂਦੇ ਪਰ ਪਿਛਲੇ ਦਿਨੀ ਸਰਬਜੀਤ ਦੀ ਮੌਤ ਦੇ ਬਾਅਦ ਉਸ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਅਤੇ ਬਾਅਦ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਅਤੇ ਬਹੁਤ ਸਾਰੇ ਸਨਮਾਨਾਂ ਦਾ ਐਲਾਨ ਕੀਤੇ ਜਾਣ ਦੇ ਬਾਅਦ ਇਹ ਜ਼ਰੂਰੀ ਹੋ ਗਿਆ ਸੀ ਕਿ ਦੇਸ਼ ਲਈ ਸਹੀ ਅਰਥਾਂ ਚ ਮਰਮਟਣ ਵਾਲੇ ਕਿਸੇ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਬੁਲਾ ਕੇ ਗੱਲ ਕੀਤੀ ਜਾਵੇ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਨਾਲ ਜੋ ਵਾਅਦੇ ਕੀਤੇ ਗਏ ਸਨ ਜਾਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ ਕਿ ਉਹ ਵਫਾ ਹੋ ਪਾਏ ਨੇ ਸਵਾਲ ਹੋਰ ਵੀ ਕਈ ਨੇ ਅਸੀਂ ਆਣਾ ਬਰੇ ਅਭਿਤੇਜ ਸੰਧੂ ਨਾਲ ਗੱਲ ਕਰਾਂਗੇ ਅਭਿਤੇਜ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਚ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਪਿਛਲੇ ਦਿਨ ਅਸੀਂ ਦੇਖਿਆ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਪਿਛਲੇ ਦਿਨ ਅਸੀਂ ਦੇਖਿਆ ਸਰਬਜੀਤ ਸਿੰਘ ਦਾ ਜੋ ਮਾਮਲਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਜਿਹੜੀ ਦੇਹ ਮ੍ਰਿਤਕ ਦੇ ਇੱਥੇ ਭਾਰਤ ਲਿਆਂਦੀ ਗਈ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਹੋਇਆ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਬਹੁਤ ਸਾਰੇ ਆਗੂ ਇੱਥੇ ਉਹਨਾਂ ਦੇ ਸੰਸਕਾਰ ਤੇ ਪਹੁੰਚੇ ਬਹੁਤ ਸਾਰੇ ਇਨਾਮ ਸਨਮਾਨਾਂ ਦਾ ਐਲਾਨ ਕੀਤਾ ਗਿਆ ਉਸ ਮੌਕੇ ਤੇ ਸ਼ਹੀਦ ਦਾ ਦਰਜਾ ਵੀ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਤੁਸੀਂ ਕੀ ਸੋਚਦੇ ਹੋ ਇਸ ਨੂੰ ਲੈ ਕੇ ਜਿਹੜੀਆਂ ਸਾਰੀਆਂ ਇਹ ਘਟਨਾਵਾਂ ਹੋਈਆਂ ਬੜੀ ਜਲਦੀ ਜਲਦੀ ਦੇਖੋ ਮੇਰਾ ਇਹ ਮੰਨ ਹੈ ਸਭ ਤੋਂ ਪਹਿਲਾਂ ਕਿ ਜਿਵੇਂ ਉਹਨਾਂ ਦਾ ਮ੍ਰਿਤਕ ਸ਼ਰੀਰ ਇੱਥੇ ਆਇਆ ਲੈ ਕੇ ਆਏਗੇ ਪਾਕਿਸਤਾਨ ਤੋਂ ਲੈ ਕੇ ਆਇਆ ਗਿਆ ਤੇ ਉਹ ਜਿੰਨੀ ਸਿਆਸਤ ਗਰਮ ਕਰਤੀ ਉਹਨਾਂ ਨੇ ਜਿੰਨੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਹੈ ਕਿ ਇਸੇ ਜੋਸ਼ ਨਾਲ ਸ਼ਾਇਦ ਉਹਨਾਂ ਦੀ ਡੈਥ ਤੋਂ ਪਹਿਲਾਂ ਜੇ ਜੋਰ ਲਾਉਂਦੇ ਪਾਕਿਸਤਾਨ ਸਰਕਾਰ ਨੂੰ ਚਾਹੇ ਸੈਂਟਰ ਦੀ ਸਰਕਾਰ ਸੀ ਕਿ ਚਾਹੇ ਸੂਬੇ ਦੀ ਸਰਕਾਰ ਸੀ ਜੇ ਇਸੇ ਜੋਸ਼ ਨਾਲ ਆਪਣੇ ਨਾਗਰਿਕਾਂ ਵਾਸਤੇ ਉਹਨਾਂ ਦੇ ਹਿੱਤਾਂ ਵਾਸਤੇ ਜੋਰ ਲੱਗਦਾ ਤੇ ਮੈਨੂੰ ਲੱਗਦਾ ਸ਼ਾਇਦ ਇਹੋ ਜੀ ਘਟਨਾ ਨਾ ਵਾਪਰੇ। ਹੋਰ ਬਹੁਤ ਸਾਰੇ ਜਿਹੜੇ ਸਰਬਜੀਤ ਵਾਂਗ ਹੋਰ ਬਹੁਤ ਸਾਰੇ ਜਿਹੜੇ ਭਾਰਤੀ ਕੈਦੀ ਨੇ ਪਾਕਿਸਤਾਨ ਦੀਆਂ ਜੇਲਾਂਾਂ ਚ ਬੰਦ ਨੇ ਜਾਂ ਕਈ ਉਥੋਂ ਰਿਹਾ ਹੋ ਕੇ ਵੀ ਆਏ ਨੇ। ਜਿਨ੍ਹਾਂ ਦੀ ਕੁਰਬਾਨੀ ਕਿਸੇ ਤਰ੍ਹਾਂ ਵੀ ਜਿਹੜੀ ਹੈ ਸਰਬਜੀਤ ਨਾਲੋਂ ਘੱਟ ਕਰਕੇ ਨਹੀਂ ਦੇਖੀ ਜਾ ਸਕਦੀ ਪਰ ਜਿਹੜਾ ਇਹਨਾਂ ਨੂੰ ਇਹਨਾਂ ਦੇ ਲਈ ਸਰਬਜੀਤ ਲਈ ਵਿਖਰ ਅਸੀਂ ਨਹੀਂ ਕਹਿੰਦੇ ਕਿ ਬਹੁਤ ਇਹ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਦੇ ਐਲਾਨ ਨਹੀਂ ਹੋਣੇ ਚਾਹੀਦੇ ਸੀ ਪਰ ਉਹ ਜਿਹੜੇ ਲੋਕਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਹਨਾਂ ਨੂੰ ਵੀ ਕੁਛ ਨਾ ਕੁਛ ਤਾਂ ਬਣਦਾ ਸੀ ਕੰਪੈਰੀਟਿਵਲੀ ਸਾਰੇ ਲੋਕਾਂ ਨੂੰ ਦੇਖੀ ਤਾਂ ਕਿ ਤੁਸੀਂ ਕੀ ਕਹੋਗੇ ਦੇਖੋ ਕੰਪੈਰੀਜ਼ਨ ਕਰਨਾ ਬੜਾ ਮੁਸ਼ਕਿਲ ਹੈ ਜੀ ਮੇਰੇ ਹਿਸਾਬ ਨਾਲ ਦੋ ਚੀਜ਼ਾਂ ਦੇ ਬਾਰੇ ਸਰਬਜੀਤ ਦੇ ਪਰਿਵਾਰ ਨੇ ਮੈਨੂੰ ਲੱਗਦਾ तकरीबन 10 ਸਾਲ ਤੋਂ ਵੱਧ ਉਹਨਾਂ ਦੇ ਹਿੱਤਾਂ ਵਾਸਤੇ ਉਹਨਾਂ ਦੇ ਰਾਈ ਵਾਸਤੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹਨਾਂ ਦੇ ਉਹਨਾਂ ਦੀ ਨਜ਼ਰਾਂ ਦੇ ਵਿੱਚ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਇਨੋਸੈਂਟ ਸੀਗੇ ਮਾਸੂਮ ਸੀਗੇ ਤੇ ਸਾਡੀ ਸਰਕਾਰ ਵੱਲੋਂ ਹਜੇ ਤੱਕ ਲੋਕੀ ਇਸ ਅਚਮਜਿਸ ਨੇ ਅਸੀਂ ਇਸ ਕਨਫਿਊਜ਼ਨ ਦੇ ਵਿੱਚ ਨੇ ਕਿ ਸ਼ਾਇਦ ਕੀ ਉਹ ਸਰਕਾਰ ਦਾ ਕੰਮ ਕਰਦੇ ਸੀ ਕਿ ਨਹੀਂ ਕਰਦੇ ਸੀਗੇ ਦੂਜੇ ਪਾਸੇ ਆਪਾਂ ਦੇਖ ਲਈਏ ਜੀ ਤੇ ਪਿਛਲੇ 1.5 ਮਹੀਨੇ 2 ਮਹੀਨੇ ਦੇ ਵਿੱਚ ਦੋ ਜਿਹੜੇ ਪਰ ਸਰਕਾਰ ਦੇ ਅਮ ਮੁਲਾਜ਼ਮ ਸੀਗੇ ਜਿਹੜੇ ਪਾਕਿਸਤਾਨ ਕਿਸੇ ਡਿਊਟੀ ਵਾਸਤੇ ਭੇਜੇ ਗਏ ਸੀਗੇ ਉਹ ਵਾਪਸ ਆਏ ਨੇ 6 ਮਹੀਨੇ ਪਹਿਲਾਂ ਕਸ਼ਮੀਰ ਸਿੰਘ ਵੀ ਆਏ ਸੀਗੇ ਇੱਕ ਸਰ ਜੀ ਸਿੰਘ ਵੀ ਆਏ ਸੀਗੇ ਕਸ਼ਮੀਰ ਸਿੰਘ ਵੀ ਆਏ ਸੀ ਇੱਕ ਚਮੇਲ ਸਿੰਘ ਵੀ ਆਏ ਨੇ ਚਮੇਲ ਸਿੰਘ ਦੀ ਡੈਥ ਹੋ ਗਈ ਸੀ ਉਧਰ ਪਾਕਿਸਤਾਨ ਦੀ ਜਲ ਵਿੱਚ ਹਾਂ ਤੇ ਇਹਨਾਂ ਬਾਰੇ ਤੇ ਇਹਨਾਂ ਬਾਰੇ ਮੈਨੂੰ ਲੱਗਦਾ ਉਹਨਾਂ ਦੀ ਦੋ ਡੰਗ ਦੀ ਰੋਟੀ ਵੀ ਖਾਣੀ ਅੱਜਕੱਲ ਔਖੀ ਹੋਈ ਪਈ ਹੈ ਇੱਕ ਪਾਸੇ ਜਿਹੜੇ ਲੋਕਾਂ ਨੇ ਜਿਹੜੇ ਸ਼ਾਇਦ ਇਨੋਸੈਂਟ ਸੀਗੇ ਨਹੀਂ ਸੀਗੇ ਹਾਲਾਂਕਿ ਪੰਜਾਬ ਇਹ ਕਿਸੇ ਵੀ ਦੇਸ਼ ਦੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਦਾ ਜਿਹੜਾ ਵੀ ਨਾਗਰਿਕ ਹੈਗਾ ਉਹਦੀ ਸੁਰੱਖਿਆ ਉਹਦੇ ਮਨੁੱਖੀ ਅਧਿਕਾਰ ਦਾ ਯੂ ਨੋ ਉਹਦੀ ਪ੍ਰੋਟੈਕਸ਼ਨ ਕੀਤੀ ਜਾਵੇ ਪਰ ਜਿਹਨਾਂ ਜਿਹੜੇ ਲੋਕ 30 40 ਸਾਲ ਜੇਲ੍ਹ ਕੱਟ ਕੇ ਇੱਥੇ ਵਾਪਸ ਆਏ ਨੇ ਉਹਨਾਂ ਨੂੰ ਤੁਸੀਂ ਡਬਲ ਸਟੈਂਡਰਡ ਰੱਖ ਰਹੇ ਹੋ ਇੱਕ ਪਾਸੇ ਤੁਸੀਂ ਲੋਕਾਂ ਨੂੰ 1-1 ਕਰੋੜ ਤੋਂ ਵੱਧ ਮੈਨੂੰ ਲੱਗਦਾ ਉਹਨਾਂ ਨੂੰ ਗ੍ਰਾਂਟ ਉਹਨਾਂ ਨੂੰ ਸਹਾਇਤਾ ਦੇ ਰਹੇ ਹੋ ਸਹਾਇਤਾ ਦਿੱਤੀ ਗਈ ਤੇ ਦੂਜੇ ਪਾਸੇ ਉਹਨਾਂ ਨੂੰ ਮੈਨੂੰ ਲੱਗਦਾ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਹੈ ਤੇ ਮੈਨੂੰ ਲੱਗਦਾ ਤੇ ਖਾਸ ਤੌਰ ਤੇ ਸੀਕ੍ਰੇਟ ਮਿਸ਼ਨ ਵਾਸਤੇ ਜਾਂਦੇ ਨੇ ਤੇ ਇਹੋ ਜੀ ਲੋਡ ਨਹੀਂ ਪੈਣੀ ਚਾਹੀਦੀ ਕਿ ਉਹ ਆ ਕੇ ਇੱਥੇ ਦੱਸਣ ਕਿ ਅਸੀਂ ਸੀਕ੍ਰੇਟ ਮਿਸ਼ਨ ਤੇ ਗਏ ਸੀਗੇ ਤੇ ਉਹ ਪਬਲਿਕ ਡੋਮੇਨ ਦੇ ਵਿੱਚ ਗੱਲ ਆਵੇ ਇਤਨੀ ਗੱਲ ਪਹੁੰਚਣੀ ਨਹੀਂ ਚਾਹੀਦੀ ਇਸ ਤੋਂ ਤੱਕ ਤਾਂ ਨੌਬਤ ਹੀ ਨਹੀਂ ਹੋਣੀ ਚਾਹੀਦੀ ਹੈ ਨਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਸਰਬਜੀਤ ਨੂੰ ਅਹ ਦੇਖੋ ਮੈਂ ਇਹਦੇ ਬਾਰੇ ਮੈਂ ਮੈਨੂੰ ਨਹੀਂ ਲੱਗਦਾ ਆਈ ਹੈਵ ਐਡਕੁਏਟ ਨੋਲੇਜ ਪਰ ਮੇਰਾ ਇਹ ਮੰਨ ਹੈ ਉਹੀ ਗੱਲ ਮੈਂ ਫੇਰ ਕਹੂੰਗਾ ਜੀ ਕਿ ਲੋਕ ਹਲੇ ਕਨਫਿਊਜ਼ ਨੇ ਕਿ ਕੀ ਉਹ ਸਰਕਾਰ ਦੇ ਕੰਮ ਵਾਸਤੇ ਗਏ ਸੀ ਕਿ ਨਹੀਂ ਗਏ ਸੀ ਹਾਂ ਬਿਲਕੁਲ ਫੇਰ ਗੱਲ ਉੱਥੇ ਆ ਜਾਂਦੀ ਕਿ ਕੀ ਨਹੀਂ ਸੀਗੇ ਮੈਂ ਤੁਹਾਨੂੰ ਸ਼ਹੀਦ ਆਜ਼ਮ ਬਾਰੇ ਗੱਲ ਦੱਸਾਂ ਤੁਹਾਨੂੰ ਬੜੀ ਹੈਰਾਨੀ ਹੋਣੀ ਹੈ ਇਹ ਗੱਲ ਸੁਣ ਕੇ ਕਿਸੇ ਨੌਜਵਾਨ ਨੇ ਫਤਿਹਗਰ ਸਾਹਿਬ ਦੇ ਕੁਝ ਦਿਨ ਪਹਿਲਾਂ ਇੱਕ ਆਰਟੀਆਈ ਪਾਈ ਪਾਰ ਸਰਕਾਰ ਨੂੰ ਡਿਫੈਂਸ ਸੌਰੀ ਹੋਮ ਮਿਨਿਸਟਰੀ ਨੂੰ ਹਮਮ ਕੇ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਹਮਮ ਇਹਨਾਂ ਦਾ ਸਟੇਟਸ ਸਾਡੇ ਇਤਿਹਾਸ ਦੇ ਸਾਡੇ ਰਿਕਾਰਡ ਦੇ ਵਿੱਚ ਕੀ ਹੈਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਉਹਨਾਂ ਦਾ ਜਵਾਬ ਜੋ ਸਾਡੇ ਦੇਸ਼ ਦੀ ਸਰਕਾਰ ਦੱਸੇਗਾ ਉਸ ਕਹਿੰਦਾ ਕਿ ਇਹ ਜੰਗੇ ਆਜ਼ਾਦੀ ਦੇ ਇੱਕ ਇਤਿਹਾਸਿਕ ਇੱਕ ਮਹੱਤਵਪੂਰਨ ਤੱਤ ਨੇ ਹਮਮ ਹਮ ਤੇ ਸ਼ਹੀਦ ਮੰਨਣ ਤੋਂ ਉਹਨਾਂ ਨੇ ਇਨਕਾਰ ਕਰਤਾ ਗੋਲ ਮੋਲ ਗੱਲ ਗੋਲ ਮੋਲ ਜਿਹਾ ਜਵਾਬ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹਾਂ ਤੇ ਇਹ ਸ਼ਹੀਦ ਦੇ ਜਿਹੜੇ ਇਹ ਰਸਮੀ ਤੌਰ ਤੇ ਸਰਕਾਰਾਂ ਜਿੰਨੇ ਮਰਜ਼ੀ ਖਿਤਾਬ ਦੇ ਦੇ ਪਰ ਮੈਨੂੰ ਲੱਗਦਾ ਜਿਹੜੇ ਸ਼ਹੀਦ ਹੁੰਦੇ ਨੇ ਲੋਕਾਂ ਦੇ ਸ਼ਹੀਦ ਹੁੰਦੇ ਨੇ ਕੌਮ ਦੇ ਹੁੰਦੇ ਨੇ ਧਰਮ ਦੇ ਹੁੰਦੇ ਨੇ ਤੇ ਸ਼ਹੀਦੀ ਦੀ ਜਿਹੜੀ ਭਾਵਨਾ ਲੋਕ ਸ਼ਹੀਦ ਮੰਨਣ ਤਾਂ ਮੈਨੂੰ ਲੱਗਦਾ ਉਹ ਸਰਕਾਰ ਦੇ ਵਿੱਚ ਇਹਦੇ ਆਦਮ ਭਗਤ ਸਿੰਘ ਸ਼ਹੀਦ ਨਹੀਂ ਹੈਗੇ ਸ਼ਾਇਦ ਪਰ ਤੁਸੀਂ ਦੇਸ਼ ਦੇ ਵਿੱਚ ਦੇਖ ਲਓ ਬੱਚਾ ਬੱਚਾ ਸ਼ਾਇਦ ਸ਼ਹੀਦ ਆਜ਼ਮ ਭਗਤ ਸਿੰਘ ਉੱਤੇ ਉਹਨਾਂ ਦੇ ਸਾਥੀਆਂ ਨਾਲ ਮੈਂ ਮੈਂ ਤੁਹਾਡੇ ਪਿਤਾ ਜੀ ਨਾਲ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਪਤਾ ਲੱਗਾ ਕਿ ਉਧਰ ਜ ਆਜ਼ਾਦੀ ਤੋਂ ਪਹਿਲਾਂ ਤੁਹਾਡੀ 600 ਏਕੜ ਤੋਂ ਜ਼ਿਆਦਾ ਜ਼ਮੀਨ ਸੀ ਮੈਂ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਪਰ ਉਹ ਵੀ ਹੌਲੀ ਹੌਲੀ ਜਿਹੜੀ ਸ਼ਹੀਦ ਦੀਆਂ ਜਿਹੜੀਆਂ ਕਾਰਵਾਈਆਂ ਸਨ ਅੰਗਰੇਜ਼ ਸਰਕਾਰ ਦੇ ਵਿਰੁੱਧ ਉਸ ਤੇ ਕਰਕੇ ਹੌਲੀ ਹੌਲੀ ਕੁਰਕ ਕਰ ਲਈ ਗਈ ਸੀ ਉਹ ਪਰ ਕੀ ਜਦੋਂ ਦੇਸ਼ ਆਜ਼ਾਦ ਹੋਇਆ ਉਸਦੇ ਬਾਅਦ ਤੁਹਾਨੂੰ ਕੰਪਨਸੇਟ ਕੀਤਾ ਗਿਆ ਕੋਈ ਭਾਰਤ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਐਡੀ ਵੱਡੀ ਸ਼ਹਾਦਤ ਦਿੱਤੀ ਹੈ ਐਡੀ ਵੱਡੀ ਕੁਰਬਾਨੀ ਕੀਤੀ ਹੈ ਦੇਸ਼ ਲਈ ਕੰਪਨਸੇਟ ਤਾਂ دیا ਅਸੱਚ ਕੁਝ ਨਹੀਂ ਕੀਤਾ ਗਿਆ ਜੇ ਆਪਾਂ ਕੋਈ ਮੋਨਿਟਰੀ ਜਾਂ ਆਰਥਿਕ ਪੱਖੋਂ ਗੱਲ ਕਰੀਏ ਸਦਾ ਕਿਸ਼ਨ ਸਿੰਘ ਹੋਣੀ ਜਿਹੜੇ ਕੀਪਾਗ ਸਿੰਘ ਉਹਨਾਂ ਦੇ ਪਿਤਾ ਜੀ ਸਨ ਉਹ ਉਹਨਾਂ ਦੀ ਖੇਤੀ ਬਹੁਤ ਵੱਡੀ ਸੀਗੀ ਤੇ ਹੌਲੀ ਹੌਲੀ ਕਰਕੇ ਜ਼ਮੀਨਾਂ ਇੱਥੋਂ ਕੁਰਕੀਆਂ ਜਾਂਦੀ ਸੀਗੀਆਂ ਕਿਉਂਕਿ ਅੰਗਰੇਜ਼ਾਂ ਦੇ ਖਿਲਾਫ ਸੀ ਸਦਾ ਰਜੀਤ ਸਿੰਘ ਵੀ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਸਦਾ ਅਰਜੁਨ ਸਿੰਘ ਜਿਹੜੇ ਉਹਨਾਂ ਦੇ ਵੀ ਮਤਲਬ ਕੀਪਾਗ ਸਿੰਘ ਉਹਨਾਂ ਦੇ ਦਾਦਾ ਜੀ ਜਿਹੜੇ ਸੀਗੇ ਉਹ ਵੀ ਮਹਾਰਾਜਾ ਨਰਜੀਤ ਸਿੰਘ ਉਹਨਾਂ ਦੀ ਫੌਜ ਤੋਂ ਪਹਿਲਾਂ ਵੀ ਪਰਿਵਾਰ ਹਮੇਸ਼ਾ ਹੀ ਇਨਕਲਾਬੀ ਰਿਹਾ ਤੇ ਉਹਦੇ ਚੱਲਦੇ ਚੱਲਦੇ ਜਿਹੜੀ ਜ਼ਮੀਨ ਸੀ ਇੱਥੋਂ ਕੁਰਕੀ ਜਾਂਦੀ ਸੀਗੀ ਤੇ ਜਿਹੜੇ ਮੁਖਬਰ ਸੀ ਉਹਨਾਂ ਨੂੰ ਇਨਾਮ ਦੇ ਤੌਰ ਤੇ ਦਿੱਤੀ ਜਾਂਦੀ ਸੀ ਤੇ ਇੱਥੇ ਆ ਕੇ ਜਦ ਲ ਪਰਿਵਾਰ 47 ਦੇ ਵਿੱਚ ਇਧਰ ਆਇਆ ਤਾਂ ਉਹ ਜਿਹੜੀ ਜਿੰਨੀ ਵੀ ਖੇਤੀ ਸੀ ਉਹ ਸਾਰੀ ਸਾਰੀ ਅੰਗਰੇਜ਼ਾਂ ਨੇ ਲੈ ਲਈ ਸੀ 47 ਤੋਂ ਪਹਿਲਾਂ ਤੇ ਜਿਹੜੀ ਪਹਿਲਾਂ ਖੇਤੀ ਇੱਥੇ ਖੜਕੜ ਕਲਾਂ ਦੇ ਵਿੱਚ ਸੀਗੀ ਤਾਂ ਉਹਦੇ ਤੇ ਗੁਜ਼ਾਰਾ ਕੀਤਾ ਸੀ ਰਾ ਕਿਸ਼ਨ ਸਿੰਘ ਉਹਨਾਂ ਨੇ ਤੇ ਐਸ ਸੱਚ ਕੋਈ ਕੋਈ ਕੰਪਨਸੇਸ਼ਨ ਜਾਂ ਕੋਈ 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 ਸਹਾਇਤਾ ਸਰਕਾਰ ਵੱਲੋਂ ਨਾ ਕਦੇ ਮੰਗੀ ਗਈ ਹੈ ਨਾ ਸਰਕਾਰ ਵੱਲੋਂ ਕੋਈ ਆਫਰ ਕੀਤੀ ਭਾਰਤ ਸਰਕਾਰ ਨੇ ਕੋਈ ਆਜ਼ਾਦੀ ਤੋਂ ਬਾਅਦ ਕੋਈ ਇਨਾਮ ਸਨਮਾਨ ਦੇਣ ਦਾ ਐਲਾਨ ਕੀਤਾ ਹੋਇਆ ਨਹੀਂ ਕੋਈ ਕੋਈ ਖਾਸ ਸਨਮਾਨ ਨਹੀਂ ਪਰ ਜਿਹੜਾ ਸਰਦar ਕੁਲਬੀਰ ਸਿੰਘ ਸੀਗੇ ਜਿਹੜੇ ਮੇਰੇ ਦਾਦਾ ਜੀ ਸਨ ਉਹਨਾਂ ਦੇ ਛੋਟੇ ਭਾਈ ਸਰਦar ਕੁਲਤਾਰ ਸਿੰਘ ਸੀਗੇ ਉਹ ਦੋਨੋਂ ਉਹਨਾਂ ਦੀ ਉਹਨਾਂ ਦੀ ਵੀ 10-10 ਸਾਲ ਦੇ ਕਰੀਬ 6-6 ਸਾਲ ਦੇ ਕਰੀਬ ਜੇਲ ਸੀਗੀ ਉਹ ਐਜ਼ ਅ ਫਰੀडम फाइਟਰ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਪੈਨਸ਼ਨ ਜੋ ਵੀ ਉਹ ਫਰੀडम ਉਸ ਰਵਈਏ ਨਾਲ ਹੁੰਦਾ ਸੀਗਾ ਉਹ ਜਿਹੜਾ ਉਹਦਾ ਰਸਮੀ ਤੌਰ ਤੇ ਸੀਗਾ ਉਹ ਕੀਤਾ ਜਾਂਦਾ ਸੀਗਾ ਉਹ ਤੋਂ ਇਲਾਵਾ ਕੋਈ ਖਾਸ ਸ਼ਹੀਦ ਆਜ਼ਮ ਤਾਂ ਸ਼ਹੀਦ ਮੰਨ ਕੇ ਰਾਜੀ ਨਹੀਂ ਤੇ ਮੈਨੂੰ ਨਹੀਂ ਲੱਗਦਾ ਕੋਈ ਕੰਪੋਜ਼ਿਸ਼ਨ ਦੀ ਗੱਲ ਇੱਥੇ ਆਉਂਦੀ ਹੈ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਨੇ ਸ਼ਹੀਦ ਆਜ਼ਮ ਭਾਵੇਂ ਸਰਕਾਰਾਂ ਦਾ ਰਵਈਆ ਜੋ ਵੀ ਰਿਹਾ ਹੋਵੇ ਸ਼ਹੀਦ ਆਜ਼ਮ ਦੀ ਮਾਤਾ ਮਾਤਾ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਗਿਆ ਉਸ ਵੇਲੇ ਦੀ ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਸਨ ਮੈਨੂੰ ਲੱਗਦਾ ਉਸ ਵੇਲੇ ਪ੍ਰਧਾਨ ਮੰਤਰੀ ਜੀ ਜੀ ਇਹ ਜਿਹੜਾ ਖਿਤਾਬ ਸੀਗਾ ਜੀ ਪੰਜਾਬ ਮਾਤਾ ਦਾ ਇਹ 1 ਜਨਵਰੀ 1973 ਦੇ ਵਿੱਚ ਦਿੱਤਾ ਗਿਆ ਸੀ ਹੂੰ ਹੂੰ ਤੇ ਇਹ ਪਹਿਲਾਂ ਲੋਕਾਂ ਦੀ ਜਿਹੜੀ ਮੰਗ ਸੀਗੀ ਉਹ ਇਹ ਸੀ ਕਿ ਖਿਤਾਬ ਜਿਹੜਾ ਹੈ ਉਹ ਭਾਰਤ ਮਾਤਾ ਦਿੱਤਾ ਜਾਵੇ ਹੂੰ ਹੂੰ ਪਰ ਉਸ ਸਮੇਂ ਵੀ ਕਿਤੇ ਨਾ ਕਿਤੇ ਸ਼ਾਇਦ ਸੈਂਟਰੀ ਸਰਕਾਰ ਦੀ ਕਿਤੇ ਇਨਸਿਕਿਉਰਟੀ ਸ਼ਾਇਦ ਆ ਗਈ ਸੀ ਕਿ ਭਾਰਤ ਸਰਕਾਰ ਤਾਂ ਬਹੁਤ ਵੱਡੀ ਚੀਜ਼ ਹੋ ਜਾਣੀ ਹੈ ਇੱਕ ਪੰਜਾਬ ਦੇ ਇੱਕ ਛੀਦੇ ਆਦਮ ਦੀ ਮਦਰ ਵਾਸਤੇ ਪੰਜਾਬ ਤੱਕ ਰਹਿਣ ਦੇ ਉਹਨੂੰ ਪੰਜਾਬ ਤੱਕ ਸੀਮਿਤ ਰਹਿਣ ਦੇ ਭਵਨ ਅੰਤਿਰਾ ਗਾਂਧੀ ਸੇ ਉਸ ਵੇਲੇ ਉਸ ਟਾਈਮ ਪ੍ਰਾਈਮ ਮਿੰਿਸਟਰ ਹੋ ਸੀਗੇ ਪਰ ਇੱਥੇ ਸੂਬੇ ਦੇ ਵਿੱਚ ਸਾਡੇ ਕਾਂਗਰਸ ਸਰਕਾਰ ਸੀ ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਉਸ ਟਾਈਮ ਚੀਫ ਮਿੰਟਰੀ ਸੀ ਮੁੱਖ ਮੰਤਰੀ ਸਨ ਤੇ ਉਹਨਾਂ ਵੱਲੋਂ ਇੱਕ ਖਿਤਾਬ ਦਿੱਤਾ ਗਿਆ ਸੀਗਾ ਤੇ ਉਹ ਬੇਬੇ ਜੀ ਨੇ ਵੀ ਉਸ ਟਾਈਮ ਇਹ ਕਿਹਾ ਸੀਗਾ ਕਿ ਖਿਤਾਬ ਇਹ ਦੇ ਕੇ ਕੋਈ ਫਾਇਦਾ ਨਹੀਂ ਉਈ ਇਹ ਉਹ ਜੀ ਦੀ ਡੀ ਹੋਵੇ ਕਿ ਜਿਹਦੇ ਨਾਲ ਅਸੀਂ ਲੋਕਾਂ ਦੀ ਸੇਵਾ ਕਰ ਸਕੇ ਕਿ ਉਹੋ ਜੀ ਪਾਵਰ ਹੋਵੇ ਤੇ ਉਹ ਵੀ ਫਿਰ ਜਿਵੇਂ ਜਿੰਨੀ ਇੱਕ ਉਹਨਾਂ ਨੇ ਕਰਨਾ ਸੀਗਾ ਉਹ ਆਪਣਾ ਕੰਮ ਕਰਕੇ ਖਟਕੜ ਕਲਾਂ ਜਿਹੜੀ ਯਾਦਗਾਰ ਬਣਾਈ ਹੈ ਉਹ ਵੀ ਮੈਨੂੰ ਲੱਗਦਾ ਪਰਿਵਾਰ ਵੱਲੋਂ ਹੀ ਜ਼ਮੀਨ ਦਿੱਤੀ ਗਈ ਹਾਂਜੀ ਖਟਕੜ ਕਲਾਂ ਅਜਾਇਬ ਘਰ ਬਣਿਆ ਜੀ ਉੱਥੇ 메ਨ ਰੋਡ ਦੇ ਉੱਤੇ ਤੁਸੀਂ ਕਦੇ ਦੇਖਿਆ ਹੋਵੇ ਤੇ ਉੱਥੇ ਘਰ ਜਿਹੜਾ ਹੈਗਾ ਇਹ ਪਰਿਵਾਰ ਵੱਲੋਂ ਹੀ ਸਰਕਾਰ ਨੂੰ ਦਿੱਤਾ ਗਿਆ ਕਿਉਂਕਿ ਸਾਡੀ ਵੀ ਕਿਤਨਾ ਕਿਤੇ ਦੇਖੋ ਜ਼ਿੰਮੇਵਾਰੀ ਹੈਗੀ ਹੈ ਕਿ ਇੰਨੇ ਵੱਡੇ ਸ਼ਹੀਦ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਨੂੰ ਜਨਮ ਲੈਣ ਦਾ ਮੌਕਾ ਮਿਲਿਆ ਸਾਡੀ ਖੁਸ਼ਕਿਸਮਤੀ ਹੈ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਘੱਟੋ ਘੱਟ ਜਿੰਨਾ ਅਸੀਂ ਯੋਗਦਾਨ ਪਾ ਸਕੀਏ ਉਹਨਾਂ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਪਾਉਣਾ ਚਾਹੀਦਾ ਪਰ ਉਹ ਜਿਹੜੀ ਜਗ੍ਹਾ ਦੀ ਗੱਲ ਜਿੱਥੇ ਤੱਕ ਹੈਗੀ ਉਹ ਪਰਿਵਾਰ ਵੱਲੋਂ ਦਿੱਤੀ ਗਈ ਸੀਗੀ ਆਈ ਥਿੰਕ 70 ਦੇ ਆਸ-ਪਾਸ ਉਨੀ 70 71 ਦੇ ਆਸਪਾਸ ਦਿੱਤੀ ਗਈ ਸੀ ਤੁਹਾਡਾ ਪਰਿਵਾਰ ਐਸੀ ਗੱਲ ਦਾ ਯੋਗ ਸੀ ਜ਼ਮੀਨ ਸੀ ਉਹਨਾਂ ਕੋਲ ਕਿ ਉਹਨਾਂ ਨੇ ਦਿੱਤੀ ਯਾਦਗਾਰ ਬਣ ਗਈ ਜਿਵੇਂ ਸਰਬਜੀਤ ਦੇ ਨਾਲ ਦੇ ਬੰਦਿਆਂ ਦੀ ਗੱਲ ਕੀਤੀ ਜੇ ਜਿਹੜੇ ਉਹਨਾਂ ਦੇ ਨਾਲ ਜੇਲ੍ਹਾਂ ਚ ਰਹੇ ਉੱਥੇ ਪਾਕਿਸਤਾਨ ਦੀਆਂ ਰਿਹਾ ਹੋ ਕੇ ਆਏ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਸ਼ਹੀਦ ਆਜ਼ਮ ਦੇ ਨਾਲ ਜਿਹੜੇ ਹੋਰ ਸ਼ਹੀਦ ਹੋਏ ਨੇ ਸੁਖਦੇਵ ਸੁਖਦੇਵ ਦੇ ਪਰਿਵਾਰ ਦਾ ਕਾਫੀ ਮਾੜਾ ਹਾਲ ਹੈ ਉਹਨਾਂ ਦੇ ਭਤੀਜੇ ਨੂੰ ਮਤਲਬ ਦੇਖੋ ਤੁਸੀਂ ਪਾਰਟੀ ਵੀ ਬਦਲਣੀ ਪਈ ਇੰਨੀ ਆਰਥਿਕ ਹਾਲਤ ਮਾੜੀ ਹੈ ਉਹਨਾਂ ਦੀ ਕਹੀ ਜਾ ਸਕਦੀ ਹੈ ਦੇਖੋ ਮੈਨੂੰ ਨਹੀਂ ਲੱਗਦਾ ਆਰਥਿਕ ਹਾਲਤ ਹੁਣ ਸ਼ਾਇਦ ਮਾੜੀ ਹੋਵੇ ਇੱਕ ਟਾਈਮ ਸੀਗਾ ਕਿ ਦੇਖੋ ਉਹੀ ਗੱਲ ਮੈਂ ਅਕਸਰ ਇਹ ਕਹਿੰਦਾ ਕਿ ਇਕਤਾ ਸ਼ਹੀਦ ਸੀਗੇ ਜਿਹੜੇ ਜਿਹੜੇ ਕੁਰਬਾਨੀ ਪ੍ਰਾਪਤ ਕਰ ਗਏ ਕੁਰਬਾਨੀਆਂ ਤੋਂ ਵੱਧ ਸ਼ਾਇਦ ਪਰਿਵਾਰਾਂ ਦੀ ਵੀ ਹੈਗੀਆਂ ਨੇ ਤੁਸੀਂ ਸ਼ਹੀਦ ਸੁਖਦੇਵ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਦੇਖੋ ਅਸੀਂ ਤਾਂ ਚਲੋ ਸ਼ਹੀਦ ਭਗਤ ਸਿੰਘ ਉਹਨਾਂ ਦੇ ਸ਼ਾਇਦ ਗਿਨੇ ਚੁਨੇ ਪਰਿਵਾਰ ਸੀਗੇ ਕਿ ਚਲੋ ਅਸੀਂ ਮੈਨੇਜ ਕਿਸੇ ਦੇ ਕਿਸੇ ਤਰੀਕੇ ਮੈਨੇਜ ਕਰ ਲਿਆ ਅੰਗਰੇਜ਼ਾਂ ਦੇ ਕਿਲੇ ਬਿਲਕੁਲ ਹੁਣ ਸ਼ੀਤ ਸੁਖਦੇਵ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਮੰਨੋਗੇ ਨਹੀਂ ਉਹਨਾਂ ਦੇ ਜਿੱਥੇ ਉਹ ਰਹਿੰਦੇ ਸੀ ਜਿਹੜੇ ਮੱਲੇ ਦੇ ਵਿੱਚ ਉੱਥੇ ਉਹਨਾਂ ਨੂੰ ਬਾਇਕਾਟ ਕਰ ਦਿੱਤਾ ਗਿਆ ਸੀਗਾ ਕੋਈ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ ਸੀਗਾ ਜੋ ਵਪਾਰ ਮਾਰੇ ਮੋٹے ਕਰਦੇ ਸੀ ਉਹ ਵੀ ਬੰਦ ਹੋ ਗਈ ਸੀਗੀ ਤੇ ਉਹ ਤਾਂ ਗੱਲ ਹੀ ਕੋਈ ਲੋਕਾਂ ਨੂੰ ਆਪਣੇ ਦਾ ਸ਼ਾਮ ਦੀ ਰੋਟੀ ਨਹੀਂ ਪਤਾ ਹੁੰਦੀ ਸੀਗੀ ਹੂੰ ਬਹੁਤ ਤੇ ਅੱਜ ਦੀ ਤਰੀਕ ਦੇ ਵਿੱਚ ਫੇਰ ਵੀ ਮੈਂ ਕਹੂੰਗਾ ਅੱਜ ਕੋਈ ਇੰਦਾ ਨਹੀਂ ਸਾਰੇ ਖੁਸ਼ਾਲ ਮੈਨੂੰ ਲੱਗਦਾ ਸ਼ਾਇਦ ਖੁਸ਼ਾਲ ਹੋਣਗੇ ਮੈਂ ਐਡੀਟਰ ਤੇ ਨਹੀਂ ਉਹਨਾਂ ਤੇ ਕੁਝ ਕਹਿ ਸਕਦੇ ਆਪਣੇ ਨਾਲ ਅਭਿਤੇਜ ਕਾਲਰ ਜੁੜੇ ਹੋਏ ਨੇ ਆਪਾਂ ਦੇਖਦੇ ਹਾਂ ਕੀ ਗੱਲ ਕਰਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰ ਪਿੱਛੇ ਮਿੰਟ ਤੋਂ ਬੋਲ ਰਹਾ ਹਾਂ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸਰ ਮੈਂ ਗੁਰਮੀਤ ਸਿੰਘ ਬੋਲਦਾ ਹਾਂ ਹਾਂਜੀ ਹੁਕਮ ਕਰੋ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਸ਼ੋਅ ਦੇ ਜ਼ਰੀਏ ਸਰ ਮੈਂ ਕਹਿਣਾ ਚਾਹੁੰਦਾ ਕਿ ਸਰਬਜੀਤ ਸਿੰਘ ਨੂੰ ਮਤਲਬ ਆਪਣਾ ਕੀ ਦੀਦਾ ਦਰਜਾ ਸਰ ਪੰਜਾਬ ਸਾਲੋਂ ਕਿਉਂ ਦਿੱਤਾ ਗਿਆ ਜੀ ਇਹ ਮੇਰਾ ਸਵਾਲ ਹੈ ਹਾਂ ਜੀ ਤੁਸੀਂ ਗੱਲ ਸਰ ਚਲੋ ਪੰਜਾਬ ਸਰਕਾਰ ਨੇ ਜੋ ਵੀ ਪੈਸਾ ਦਿੱਤਾ ਵਾ ਚਲੋ ਕੋਈ ਗੱਲ ਨਹੀਂ 1 ਕਰੋੜ ਦਾ ਭਾਵੇਂ ਡਾਕਟਰ ਦੇ ਦਿੰਦੇ ਉਹ ਚਲੋ ਉਹਨਾਂ ਦੀ ਮਾਲੀ ਸਹਾਇਤਾ ਹੋ ਗਈ ਪਰ ਸਰ ਜਿਹੜਾ ਸਰਬਜੀਤ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣਾ ਉਹ ਮੇਰੇ ਹਿਸਾਬ ਨਾਲ ਕਰਦਾ ਸਰ ਹਾਂ ਬਿਲਕੁਲ ਇਹ ਭੇਖੀ ਵੇਡ ਤੋਂ ਹੀ ਸਰਬਜੀਤ ਦੇ ਪੇਟ ਤੋਂ ਹੀ ਬੋਲ ਰਹੇ ਨੇ ਇਹਨਾਂ ਦਾ ਕਹਿਣਾ ਕਿ ਕੌਮੀ ਸ਼ਹੀਦ ਦਾ ਦਰਜਾ ਦੇਣਾ ਠੀਕ ਨਹੀਂ ਆਰਥਿਕ ਸਹਾਇਤਾ ਦੀ ਗੱਲ ਕਿਤੇ ਨਾ ਕਿਤੇ ਠੀਕ ਹੈ ਬਿਲਕੁਲ ਠੀਕ ਹੈ ਜੀ ਦੇਖੋ ਅਭੀ ਤੇ ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਪਹਿਲਾਂ ਦੇਖਦੇ ਹਾਂ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ हां सुरेंद्र जी ਹਰਜਿੰਦਰਪੋਰੀਆ ਗਰੂਪਸ ਆਏ ਤੋਂ ਹਰਜਿੰਦਰ ਜੀ ਸਵਾਗਤ ਹੈ ਕੀ ਗੱਲ ਕਰਨੀ ਚਾਹੁੰਦੇ ਹੋ ਸ਼ੋਅ ਦੇ ਜ਼ਰੀਏ ਜਨਾਬ ਗੱਲ ਇਹ ਆ ਵੀ ਪਹਿਲਾਂ ਤੋਂ ਲੈ ਕੇ ਸਾਡੇ ਜਿਹੜੇ ਲੀਡਰ ਆ ਇਹਨਾਂ ਨੂੰ ਕੁਰਸੀਆਂ ਦੇ ਨਾਲ ਪਿਆਰ ਰਿਹਾ ਹੈ ਸ਼ਹੀਦਾਂ ਬਾਰੇ ਕੋਈ ਸੋਚਣਾ ਆ ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀਆਂ ਦਿੱਤੀਆਂ ਉਹਨਾਂ ਬਾਰੇ ਸੋਚਣਾ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਇਹੋ ਜੀ ਗੱਲ ਹੀ ਹੈਣੀ ਪਹਿਲੀ ਤੇ ਗੱਲ ਜਦੋਂ ਮੁਲਕ ਆਜ਼ਾਦ ਹੋਇਆ ਨਹੀਂ ਤਾਂ ਇਹਨਾਂ ਨੇ ਉਦੋਂ ਹੀ ਬੰਨ ਲਈ ਕਿ ਜਿਹੜੇ ਸ਼ਹੀਦ ਨੇ ਜਾਂ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਉਹਨਾਂ ਦੇ ਨਾਲ ਸਮਝੌਤਾ ਕਰ ਲਿਆ ਵੀ 25 ਸਾਲ ਇਹਨਾਂ ਨੂੰ ਪੁੱਛਣਾ ਹੀ ਨਹੀਂ ਕਿਸੇ ਨੂੰ ਜੇ 25 ਸਾਲ ਬਾਅਦ ਪੁੱਛਿਆ ਵੀ ਗਿਆ ਤੇ ਜਿਹੜਾ ਇਹ ਜਨਤਾ ਦੇ ਨਾਲ ਵੋਟਾਂ ਲੈਣ ਲੱਗਿਆ ਇਸ ਟਾਈਮ ਸਮਝੌਤੇ ਕਰਦੇ ਨੇ ਉਹ ਸਾਲ ਬਾਅਦ ਹੀ ਮੁੱਕਰ ਜਾਂਦੇ ਨੇ ਇੱਕ ਵਿਦੇਸ਼ੀਆਂ ਦੇ ਨਾਲ ਕੀਤਾ ਹੋਇਆ ਵਾਅਦਾ ਇਹਨਾਂ ਨੇ 25 ਸਾਲ ਪੂਰਾ ਲੰਘਾਇਆ ਜਦੋਂ ਉਹ ਛੱਡ ਕੇ ਹੀ ਚਲੇ ਗਏ ਸੀ ਮੁਲਕ 5-7 5 ਸਾਲ ਬਾਅਦ ਜਾਂ 10 ਸਾਲ ਬਾਅਦ ਉਹਨਾਂ ਨੂੰ ਪੁੱਛਿਆ ਜਾ ਸਕਦਾ ਸੀ ਪਰ 25 ਸਾਲ ਉਹਨਾਂ ਨੂੰ ਬਿਲਕੁਲ ਨਹੀਂ ਪੁੱਛਿਆ ਗਿਆ 25 ਸਾਲ ਬਾਅਦ ਭਗਤ ਸਿੰਘ ਦੀ ਮਾਤਾ ਨੂੰ ਰਾਜ ਮਾਤਾ ਦਾ ਦਰਜਾ ਦਿੱਤਾ ਗਿਆ ਕਿਉਂਕਿ ਉਹ ਸਮਝੌਤੇ ਦੇ ਤਹਿਤ ਦੀ ਇਸ ਸਮਝੌਤਾ ਕੀਤਾ ਸੀ ਕਿ ਇਹਨਾਂ ਨੂੰ 25 ਸਾਲ ਜਿਹੜੇ ਵੀ ਫ੍ਰੀडम ਫਾਈਟਰ ਨੇ ਇਹਨਾਂ ਨੂੰ ਤੁਸੀਂ ਕੋਈ ਮਾਨ ਸਨਮਾਨ ਨਹੀਂ ਦੇਣਾ ਭਾਰਤ ਸਰਕਾਰ ਨੇ ਦੂਜੇ ਨੰਬਰ ਤੇ ਗੱਲ ਆ ਸਰਬਜੀਤ ਦੀ ਆਉਂਦੀ ਆ ਸਰਬਜੀਤ ਇੱਕ ਨਸ਼ੇ ਦੀ ਆਦਤ ਦੇ ਵਿੱਚ ਜੇ ਬੰਦਾ ਉਧਰ ਚਲਾ ਗਿਆ ਭਾਵੇਂ ਕੇਸ ਕਰਦੇ ਕੋਈ ਸਬੂਤ ਨਹੀਂ ਮਿਲਦੇ ਵੀ ਉਹ ਬੰਬ ਬਲਾਸਟ ਨਹੀਂ ਕੀਤੀ ਜਾਂ ਨਹੀਂ ਕੀਤੀ ਪਰ ਪਾਕਿਸਤਾਨ ਇਹ ਕਹਿੰਦਾ ਕਿ ਭਾਰਤ ਦੀ ਇੱਥੇ ਖੁਫੀਆ ਏਜੰਸੀ ਨੇ ਉਹਨੂੰ ਭੇਜਿਆ ਜੀ ਅੰਦਰ ਬੰਬ ਬਲਾਸਟ ਕਰ ਲਈ ਜੀ ਇਸ ਤਰ੍ਹਾਂ ਮਾਨ ਸਨਮਾਨ ਦੇਣਾ ਵਕਰੀ ਗੱਲ ਹੈ ਜੇ ਉਹਨੂੰ ਮਾਇਰ ਲਈ ਸਹਹਾ ਕਰ ਦਿੱਤੀ ਸੀ ਉਹ ਵਧੀਆ ਗੱਲ ਸੀ ਪਰ ਮਾਂ ਜਿਹੜਾ ਸ਼ਹੀਦ ਦਾ ਦਰਜਾ ਦੇਣਾ ਉਹ ਕਹਿੰਨਗੇ ਜੀ ਕਿਸਾਬ ਨੂੰ ਅਸੀਂ ਇੱਧਰ ਜੇ ਭੇਜਿਆ ਉਹਨਾਂ ਨੇ ਚਾਹੀ ਕਹਿੰਦੇ ਹੱਤਵਾਦੀ ਉਹ ਕਾਲੂ ਕਹਿੰਦੇ ਜੀ ਕਿਸਾਬ ਸਾਡਾ ਛੀਦ ਆ ਫਿਰ ਇਸ ਤਰ੍ਹਾਂ ਤਾਂ ਸ਼ਹੀਦਾਂ ਦੀਆਂ ਤਾਂ ਲੈਣਾ ਹੀ ਲੱਗ ਜਾਣੀਆਂ ਜਿਹੜੇ ਮੇਨ ਸ਼ਹੀਦ ਨੇ ਜਿਨ੍ਹਾਂ ਨੇ ਕੰਮ ਕੀਤਾ ਦੇਸ਼ ਵਾਸਤੇ ਉਹਨਾਂ ਦੇ ਪਰਿਵਾਰ ਅੱਜ ਉਦਮ ਸਿੰਘ ਸੁਨਾਮ ਦੇ ਜਿਹੜੇ ਉਹ ਮਜ਼ਦੂਰੀ ਕਰਦੇ ਫਿਰਦੇ ਨੇ ਉਹਨਾਂ ਦੇ ਗਾਂ ਇਹ ਸਾਰਾ ਸਰਕਾਰਾਂ ਜਿਹੜਾ ਨਕੰਮਾ ਪਾਣ ਇਹਨਾਂ ਦਾ ਬਹੁਤ ਸਾਫਤ ਹੁੰਦਾ ਹੀ ਬਹੁਤ ਬਹੁਤ ਮਿਹਰਬਾਨ ਹਰਜਿੰਦਰ ਬਹੁਤ ਵਧੀਆ ਗੱਲ ਕੀਤੀ ਹੈ ਮੈਨੂੰ ਲੱਗਦਾ ਜਿਹੜੀ ਗੱਲ ਅਸੀਂ ਕਰਨੀ ਸੀ ਉਹ ਪੂਰੀ ਗੱਲ ਤੁਸੀਂ ਮੁਕੰਮਲ ਕਰ ਦਿੱਤੀ ਹੈ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਹੈ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਹੋਏ ਨੇ ਅਸੀਂ ਸਾਡੇ ਰੱਬ ਵਰਗੇ ਦਰਸ਼ਕ ਨੇ ਬਹੁਤ ਸਾਨੂੰ ਮਾਨ ਸਤਕਾਰ ਦਿੰਦੇ ਨੇ ਇੱਕ ਕਾਲਰ ਜੁੜੇ ਹੋਏ ਨੇ ਦੇਖ ਲਈਏ ਕੀ ਗੱਲ ਕਰਦੇ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਮੈਂ ਸਰਪੰਚ ਬੋਦਾਨੀ ਕੂਮ ਕਲਾਤੋ ਕਰਨਾ ਸਿੰਘ ਹਾਂਜੀ ਕਰਨਲ ਸਿੰਘ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਦੋਨੋਂ ਵੀ ਜਿਹੜੇ ਦੋ ਸ਼ਹੀਦ ਹੋਏ ਨੇ ਉਨ੍ਹਾਂ ਬਾਰੇ ਤਾਂ ਕੋਈ ਗੱਲ ਨਹੀਂ ਹੋ ਰਹੀ ਜਿਹੜੇ ਬਲੈਕ ਦਾ ਕੰਮ ਕਰਦੇ ਨੇ ਉਹਨਾਂ ਨੂੰ ਉਧਰ ਭੇਜ ਦਿੰਦੇ ਨੇ ਤੇ ਉਹ ਜਾ ਕੇ 25000 ਰੁਪਏ ਰਾਸਤਾ ਲੈਂਦੇ ਸੀ ਤਾਂ ਉਹਨਾਂ ਬਾਰੇ ਜਾ ਕੇ ਕਰੋੜਾ ਰੁਪਇਆ ਇਹ ਗਵਰਨਮੈਂਟ ਦੇ ਰਹੀ ਆ ਕਰਨੈਲ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲ ਕੀਤੀ ਸਾਡੇ ਨਾਲ ਮੈਨੂੰ ਲੱਗਦਾ ਸਾਡੇ ਸ਼ੋਅ 'ਚ ਪਹਿਲੀ ਵਾਰ ਗੱਲ ਕੀਤੀ ਹੈ ਉਮੀਦ ਕਰਦੇ ਹਾਂ ਅੱਗੋਂ ਲਈ ਵੀ ਤੁਸੀਂ ਸਾਨੂੰ ਐਸੀ ਤਰ੍ਹਾਂ ਮਾਨ ਸਤਿਕਾਰ ਪਿਆਰ ਦਿੰਦੇ ਰਹੋਗੇ ਅਭੀ ਤੇਜ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਾਨੂੰ ਕਾਲਰਜ਼ ਨੇ ਕਾਫੀ ਦੱਸਿਆ ਗੱਲਬਾਤ ਕਰਕੇ ਸਾਡੇ ਨਾਲ ਸਿੱਧੀ ਗੱਲਬਾਤ ਕਰਕੇ ਕਿ ਸ਼ਹੀਦ ਦਾ ਦਰਜਾ ਦੇਣਾ ਠੀਕ ਨਹੀਂ ਮਾਲੀ ਜਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ ਤਕਰੀਬਨ ਉਹ ਉਸ ਤੋਂ ਆਪਾਂ ਮੂੰਹ ਨਹੀਂ ਮੋੜ ਸਕਦੇ ਉਹ ਠੀਕ ਹੈ ਇੱਕ ਕਦਮ ਸਾਰਿਆਂ ਨੂੰ ਮਿਲਣੀ ਚਾਹੀਦੀ ਨਾਲੇ ਇੱਕ ਇਕੱਲੇ ਬੰਦੇ ਨੂੰ ਨਹੀਂ ਮਿਲਣੀ ਚਾਹੀਦੀ ਦੇਖੋ ਮੇਰਾ ਇਹ ਮੰਨ ਹੈ ਜੀ ਬੜੇ ਦੁੱਖ ਦੀ ਗੱਲ ਹੈ ਦੇਖੋ ਇਹ ਤਾਂ ਸਿਰਫ ਪਰਿਵਾਰ ਹੀ ਜਾਣਦਾ ਕਿ ਕਿੰਨੇ ਦੁੱਖ ਦੀ ਗੱਲ ਹੈ ਉਹਨਾਂ ਨੇ ਆਪਣਾ ਜੀ ਇਸ ਦੇਸ਼ ਦੇਸ਼ ਵਾਸਤੇ ਯਾ ਖੋਇਆ ਨਹੀਂ ਕੋਈ ਇੱਕ ਪਰਿਵਾਰ ਦਾ ਜੀ ਜਿਹੜਾ ਹੈ ਉਹਦੀ ਮੌਤ ਹੋਈ ਹੈ ਇਹ ਬੜੇ ਦੁੱਖ ਦੀ ਗੱਲ ਹੈ ਦੁੱਖ ਦੀ ਗੱਲ ਹੈ ਉਹਨਾਂ ਨਾਲ ਸਿੰਪਥੀ ਹੈ ਪਰ ਦੂਜੀ ਗੱਲ ਜਿਹੜੀ ਹੈ ਜਿਹੜਾ ਇੱਕ ਇੰਨੀ ਹੜਬੜੀ ਦੇ ਵਿੱਚ ਇੰਨੀ ਕਾਲੀ ਦੇ ਵਿੱਚ ਕਿਸੇ ਨੂੰ ਇੰਨਾ ਵੱਡਾ ਖਿਤਾਬ ਦੇ ਦੇਣਾ ਮੈਨੂੰ ਲੱਗਦਾ ਹੈ ਇਹ ਬੜਾ ਇਹ ਬੜੀ ਖਤਰਨਾਕ ਰਵਾਇਤ ਨਾ ਸ਼ੁਰੂ ਹੋ ਜਾਏ ਕਿਤੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਕਿ ਸਾਡੇ ਆਉਣ ਵਾਲੀ ਪੀੜ੍ਹੀਆਂ ਅਸਲ 'ਚ ਹਿਦਾਨੂ ਜਿਨ੍ਹਾਂ ਨੇ ਜਿੰਦਗੀਆਂ ਵਾਰਤੀਆਂ ਇਸ ਦੇਸ਼ ਦੇ ਉੱਤੇ ਉਹ ਕਿਤੇ ਕਿਉਂਕਿ ਇਹਨਾਂ ਦੀ ਹਲੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਲੋਕੀ ਹਲੇ ਕਲੀਅਰ ਨਹੀਂ ਹੈਗੇ ਕਿ ਸ਼ਾਇਦ ਇਹ ਸਾਡੀ ਦੇਸ਼ ਦੀ ਸਰਕਾਰ ਵਾਸਤੇ ਕੰਮ ਕਰਦੇ ਸੀ ਕਿ ਨਹੀਂ ਕਰਦੇ ਸੀ ਪਹਿਲੇ ਤਾਂ ਸਰਕਾਰ ਨੂੰ ਇਸ ਪੱਖੋਂ ਮੈਨੂੰ ਲੱਗਦਾ ਕਲੀਅਰ ਹੋਣਾ ਚਾਹੀਦਾ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਆਪਾਂ ਇਹੋ ਜਿਹਾ ਇਤਿਹਾਸ ਇਹ ਮੈਨੂੰ ਲੱਗਦਾ ਬੜੀ ਡੇਂਜਰਸ ਥਿੰਗ ਹੈ ਇੱਕ ਕਿਤੇ ਉੱਥੇ ਸੰਸਦ ਘਰ ਤੇ ਜਿਹੜੀ ਲੋਕਾਂ ਦੀ ਵੱਡੀ ਗਿਣਤੀ ਸੀ ਮੈਨੂੰ ਲੱਗਦਾ ਲੱਖਾਂ ਦੇ ਵਿੱਚ ਉੱਥੇ ਗਿਣਤੀ ਸੀ ਮੌਜੂਦ ਕਿਤੇ ਜਿਹੜੇ ਸਾਡੇ ਸਿਆਸੀ ਨੇਤਾ ਸਨ ਉੱਥੇ ਗਏ ਹੋਏ ਉਹਨਾਂ ਨੂੰ ਕਿ ਇਹ ਉਹਨਾਂ ਦੇ ਸਿਆਸਤ ਦਾ ਦੇਖੋ ਸ਼ਹੀਦੀਆਂ ਤੇ ਸਿਆਸਤ ਚਾਹੇ ਉਹ ਦੇਸ਼ ਦੇ ਸ਼ਹੀਦ ਨੇ ਚਾਹੇ ਉਹ ਕੌਮ ਦੇ ਸ਼ਹੀਦ ਨੇ ਚਾਹੇ ਉਹ ਧਰਮ ਦੇ ਸ਼ਹੀਦ ਨੇ ਸਿਆਸਤ ਦਾ ਸ਼ਹੀਦੀ ਤੇ ਹਮੇਸ਼ਾ ਹੁੰਦੀ ਆਈ ਹੈ ਭਾਵੇਂ ਉਹ ਸ਼ਹੀਦ ਆਦਮ ਦੀ ਸ਼ਹੀਦੀ ਤੇ ਸੀਗੀ ਚਾਹੇ ਅੱਜ ਟਿਲ ਡੇਟ ਚਾਹੇ ਸਰਬਜੀਤ ਦੇ ਉੱਤੇ ਸ਼ਹੀਦੀ ਹੋਈ ਹੈ ਚਾਹੇ ਕੋਈ ਹੋਰ ਸ਼ਹੀਦੀ ਅੱਜਕੱਲ ਜਿੰਨੇ ਵੀ ਕੋਈ ਜੇਲ ਦੇ ਵਿੱਚ ਕੋਈ ਧਰਮ ਦੇ ਉਹ ਹੈਗੇ ਨੇ ਉਹ ਜਿਹਨੇ ਧਰਮ ਦਾ ਪ੍ਰਚਾਰ ਕਰਦੇ ਨੇ ਧਰਮ ਵਾਸਤੇ ਲੜਦੇ ਨੇ ਉਹਨਾਂ ਉਤੇ ਵੀ ਸਿਆਸਤ ਆ ਜਾਂਦੀ ਹੈ ਤੇ ਇਹ ਤਾਂ ਇਹ ਤੁਸੀਂ ਸਿਆਸਤ ਨੂੰ ਇਹ ਇਹ ਤੋਂ ਦੂਰ ਇਹ ਤਾਂ ਸਾਨੂੰ ਲੋਕਾਂ ਦੇ ਉੱਤੇ ਹੈ ਕਿ ਸਿਆਸਤਦਾਨਾਂ ਨੇ ਤਾਂ ਆਪਣੀਆਂ ਰੋਟੀਆਂ ਸੇਕਣੀਆਂ ਹੀ ਸੇਕਣੀਆਂ ਨੇ ਸੇਕਣੀਆਂ ਇਹ ਤਾਂ ਲੋਕਾਂ ਦੇ ਉੱਤੇ ਹੈ ਕਿ ਉਹ ਸਹੀ ਤੇ ਗਲਤ ਦਾ ਫੈਸਲਾ ਕਰਨ ਬਿਲਕੁਲ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਦੇਖਦੇ ਆਪਾਂ ਕੀ ਗੱਲ ਕਰਦੇ ਨੇਓ ਹੈਲੋ ਹਾਂ ਸਰਿੰਦਰ ਸਾਥਰੀ ਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਨਜੀਤ ਸਿੰਘ ਜੀ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਕੱਲ ਇਹ ਹੈ ਵੀ ਕਾਫੀ ਤਾਂ ਗੱਲ ਹੋ ਚੁੱਕੀ ਆ ਮੇਰਾ ਆਪਣਾ ਵੀ ਵਿਚਾਰ ਇਹ ਆ ਵੀ ਇੱਕ ਪਾਸੇ ਤਾਂ ਆਪਣੇ ਸਰਬਜੀਤ ਦਾ ਪਰਿਵਾਰ ਉਹਨੂੰ ਬਚਾਉਣ ਲੱਗਿਆ ਹੋਇਆ ਸੀ ਉਹਦੀ ਭੈਣ ਨੇ ਪਤਾ ਨਹੀਂ ਕਿੰਨੇ ਕਿ ਚੈਨਲਾਂ ਤੇ ਕਿੰਨੇ ਕਿ ਹਵਾਰਾਂ 'ਚ ਸੱਪ ਚੁੱਕਿਆ ਵੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਚਲੇ ਗਿਆ ਇੱਕ ਪਾਸੇ ਤਾਂ ਉਹਨੂੰ ਆਪਾਂ ਇਹ ਕਹਨੇ ਆ ਵੀ ਨਸ਼ੇ ਦੀ ਹਾਲਤ ਦੇ ਵਿੱਚ ਉਹ ਉਧਰ ਚਲੇ ਗਿਆ ਬਚਾਉਣ ਲੱਗੇ ਹੋ ਸੀ ਦੂਜੇ ਪਾਸੇ ਉਹਨੂੰ ਸ਼ਹੀਦ ਦਾ ਜਿਹੜਾ ਦਰਜਾ ਦਵਾਇਆ ਜਾਂ ਦਿੱਤਾ ਸਰਕਾਰ ਨੇ ਇਹੋ ਸਾ ਇਹ ਸਰਕਾਰ ਦਾ ਮਾਨਸਿਕ ਸੰਤੁਲਨ ਹੀ ਠੀਕ ਨਹੀਂ ਹੈਗਾ ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਕਿਹਨੂੰ ਸ਼ਹੀਦ ਮੰਨਣਾ ਕਿਹਨੂੰ ਆਪਾਂ ਆਪਣੇ ਉਹ ਦੂਜੀ ਕੈਟਾਗਰੀ 'ਚ ਰੱਖਣਾ ਗੱਲ ਹੈਗੀ ਇਹ ਵੀ ਉਹਨਾਂ ਦੀ ਆਰਥਿਕ ਸਹਾਇਤਾ ਜੇ ਕਰਨੀ ਸੀ 10-20 ਲੱਖ ਰੁਪਈਆ ਦੇ ਸਕਦੇ ਸੀਗੇ 1 ਕਰੋੜ ਰੁਪਈਆ ਦੀ ਐਡੀ ਲੋਨ ਨਹੀਂ ਸੀ 25 ਲੱਖ ਰੁਪਈਆ ਸੈਂਟਰ ਸਰਕਾਰ ਨੇ ਵੀ ਗਲਤ ਦਿੱਤਾ ਹੁਣ ਉਹ ਉਹਨਾਂ ਦੀਆਂ ਬੇਟੀਆਂ ਨੂੰ ਨੌਕਰੀ ਦੇਤੀ ਇਹ ਤਾਂ ਆਪਣੇ ਪੰਜਾਬ ਦੇ ਕਿੰਨੇ ਲੋਕ ਭੁੱਖੇ ਮਰਦੇ ਨੇ ਉਹ ਕਹਿਣਗੇ ਸਾਡਾ ਥੱਲੇ ਤਾਂ ਮੁੰਡਾ ਉਧਰ ਜਾ ਕੇ ਮਰੇ ਸਾਨੂੰ ਤਾਂ ਕਰੋੜ ਰੁਪਈਆ ਮਿਲ ਜਾਣਾ ਸ਼ਹੀਦ ਦਾ ਦਰਜਾ ਦੇਣਾ ਮਾੜੀ-ਮੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਆ ਸੰਧੂ ਸਾਹਿਬ ਬੈਠੇ ਨੇ ਸੰਧੂ ਸਾਹਿਬ ਕਾਫੀ ਗੱਲ ਕਰ ਰਹੇ ਨੇ ਭਗਤ ਸਿੰਘ ਉਹਨਾਂ ਨੇ ਕਿਹੜੀ ਉਹਨਾਂ ਨੇ ਆਪਣੇ ਮੁੱਲ ਰੱਖ ਗਿਆ ਆਪਣੇ ਇੱਕ ਦੇਸ਼ ਦੀ ਖਾਤ ਲੜਾਈ ਲੜੀ ਸੀ ਕਿਹੜੀ ਉਹਨਾਂ ਨੇ ਕੀਮਤ ਰੱਖੀ ਸੀ ਆਪਦੀ ਇਹ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਆਰਥਿਕ ਸਹਿਯੋਗ ਕਰਨੀ ਚਾਹੀਦੀ ਸ਼ਹੀਦ ਦਾ ਖਿਤਾਬ ਬੇਹੱਦ ਗਲਤ ਦਿੱਤਾ ਮਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਸਾਰੀ ਗੱਲਬਾਤ ਦੇ ਲਈ ਤੁਹਾਡੀ ਤੁਸੀਂ ਬੜੀ ਬੇਬਾਕ ਟਿੱਪਣੀ ਕੀਤੀ ਹੈ ਬਹੁਤ ਤੁਹਾਨੂੰ ਵੀ ਸਲਾਮ ਹੈ ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਹੈਲੋ ਹਾਂ ਜੀ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਜਗਰਾਜ ਬੋਹਰੇ ਆ ਜੀ ਅੰਮ੍ਰਿਤਸਰ ਤੋਂ ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮੈਂ ਕਹਣਾ ਮੈਂ ਕਹਣਾ ਚਾਹੁੰਦਾ ਸੀ ਤੇ ਜਿਹੜੀ ਸਰਬਜੀ ਨੂੰ ਆਰਥਿਕ ਸਹਾਇਤਾ ਦਿੱਤੀ ਹੈ ਉਹ ਇੱਕ ਉਹ ਇੱਕ ਚੰਗੀ ਗੱਲ ਹੈ। ਹਾਂਜੀ। ਉਹ ਇੱਕ ਬਹੁਤ ਵਧੀਆ ਗੱਲ ਹੈ ਲੇਕਿਨ ਉਹਨੂੰ ਸ਼ਹੀਦ ਦਾ ਖਿਤਾਬ ਨਹੀਂ ਸੀ ਦੇਣਾ ਚਾਹੀਦਾ। ਕਿਉਂਕਿ ਸਾਡੇ ਜਿਹੜੇ ਅਸਲੀ ਸ਼ਹੀਦ ਆ ਉਹਨਾਂ ਦਾ ਇਸ ਤਰ੍ਹਾਂ ਕਰਨਾ ਨਰਾਦਰ ਹੋ ਜਾਂਦਾ। ਜੀ। ਜੁਗਰਾਜ ਜੀ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ? ਹਾਂਜੀ ਮੈਂ ਅੱਗੇ ਇਹ ਕਹਿਣਾ ਚਾਹਨਾ ਆ ਕਿ ਮੇਰਾ ਖਿਆਲ ਹੈ ਕਿ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਫਿਰ ਕਿਸੇ ਨੂੰ ਐਮਪੀ ਦੀ ਟਿਕਟ ਦਿੱਤੀ ਜਾਵੇ। ਹਾਂਜੀ। ਪਹਿਲੀ ਗੱਲ ਤਾਂ ਕੋਈ ਪਾਰਟੀ ਬੈਏਗੀ ਨਹੀਂ। ਦਿੱਤੀ ਜਾਵੇ ਤੇ ਜਿੱਤੀ ਨਹੀਂ ਜਾਣੀ ਔਰ ਬੀਬੀ ਦਲਵੀਰ ਕੌਰ ਸ਼ਾਹਜਾਹ ਜੀ। ਇਹ ਨਕਲੀ ਔਰ ਅਸਲੀ ਸ਼ੀਤ ਦਾ ਇਹਨਾਂ ਫਰਕ ਪੈ ਗਿਆ ਸਾਡੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੁਗਰਾਜ ਜੀ ਇਹਨਾਂ ਨੇ ਪਹਿਲਾਂ ਮਨਜੀਤ ਸਿੰਘ ਨੇ ਮਨਜੀਤ ਸਿੰਘ ਘਣ ਦੇ ਲੁਧਿਆਣਾ ਜ਼ਿਲ੍ਹੇ ਤੋਂ ਫੋਨ ਕਰ ਰਹੇ ਸਨ ਉਹ ਨੇਤਰਹੀਣ ਨੇ ਪਰ ਸਾਡਾ ਪ੍ਰੋਗਰਾਮ ਉਹ ਸੁਣਦੇ ਨੇ ਇਹ ਜਾਗੋ ਪੰਜਾਬ ਦੀ ਉਹਨਾਂ ਨੂੰ ਸਲਾਮ ਕਰਦੇ ਆਂ ਅਸੀਂ ਮਨਜੀਤ ਸਿੰਘ ਨੂੰ ਹਾਂ ਬਿਲਕੁਲ ਉਹ ਸੁਣ ਉਹ ਕਾਲ ਕਰ ਰਹੇ ਸਨ ਜਿਹਨਾਂ ਨੇ ਕਿਹਾ ਕਿ ਸ਼ਹੀਦ ਦਾ ਖਿਤਾਬ ਹੈ ਜਿਹੜਾ ਆਮ ਕੋਈ ਗੱਲ ਨਹੀਂ ਹੈ ਕਿ ਉਹ ਬੜੀ ਗੱਲ ਹੈ ਉਹ ਨਹੀਂ ਸੀ ਦੇਣਾ ਚਾਹੀਦਾ ਜੁਗਰਾਤ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਹੁਣੇ ਬੜੀ ਇਹਨਾਂ ਨੇ ਇੱਕ ਗੰਭੀਰ ਕਿਸਮ ਦੀ ਗੱਲ ਦੇ ਉੱਤੇ ਉਂਗਲ ਰੱਖੀ ਹੈ ਕਿ ਟਿਕਟ ਦੇਣੀ ਚਾਹੀਦੀ ਹੈ ਸ਼ਹੀਦ ਦੇ ਸ਼ਹੀਦ ਆਜ਼ਮ ਦੇ ਪਰਿਵਾਰ ਨੂੰ ਮੈਂਬਰ ਪਾਰਲੀਮੈਂਟ ਦੀ ਪਰ ਆਪਾਂ ਦੇਖਦੇ ਆਂ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੇ ਕਿਤੇ ਨਾ ਕਿਤੇ ਉਹ ਜਦੋਂ ਅਸਲੀ ਜਿਹੜੇ ਲੋਕ ਨੇ ਉਹਨਾਂ ਦੇ ਤੇ ਸਾਡੇ ਸਿਆਸਤਦਾਨਾਂ ਦੀ ਪਰਖ ਕਰਨ ਚ ਅਸਫਲ ਹੋ ਜਾਂਦੇ ਨੇ ਉਹ ਕਰ ਨਹੀਂ ਪਾਉਂਦੇ ਹੈਗੇ ਆ ਬਾਬਾ ਗੁਰਦੇਵ ਸਿੰਘ ਕਾਮਾਗਾਟਾਵਰੂ ਨੇ ਚੋਣ ਲੜੀ ਸੀ ਬਿਲਕੁਲ ਸਹੀ ਗੱਲ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਤੇ ਉਹ ਹਾਰ ਗਏ ਸਨ ਚੋਣ ਹੈਨਾ ਦੇਖੋ ਬੜੇ ਅਫਸੋਸ ਦੀ ਗੱਲ ਹੈ 66 ਸਾਲ ਹੋ ਗਏ ਨੇ ਮੁਲਕ ਨੂੰ ਆਜ਼ਾਦ ਹੋਈ ਨਹੀਂ ਮੈਂ ਕਹੂੰਗਾ ਗਰੀਜਾਂ ਨੂੰ ਇੱਥੋਂ ਗਏ ਨੂੰ ਹੂੰ ਹੂੰ ਤੇ ਜਿਸ ਟਿਕਟ ਦੀ ਗੱਲ ਹੈ ਇਹਨਾਂ ਨੇ ਕੀਤੀ ਟਿਕਟ ਤਾਂ ਉਹ ਹਰ 5 ਸਾਲ ਬਾਅਦ ਸਾਰੀਆਂ ਪਾਰਟੀਆਂ ਇਹਨਾਂ ਇਲੈਕਸ਼ਨ ਦੇ ਪਰਿਵਾਰ ਨੇ ਲੜਨਾ ਹੁੰਦਾ ਤਾਂ ਬਹੁਤ ਮਤਲਬ ਜੇ ਇਹੀ ਪਾਰਟੀਆਂ ਨਾਲ ਤਾਲਮਿਲ ਕਰਕੇ ਲੜਨਾ ਹੁੰਦਾ ਤਾਂ ਬਹੁਤ ਪਹਿਲਾਂ ਸ਼ਾਇਦ ਪਰਿਵਾਰ ਸਿਆਸਤ 'ਚ ਆ ਜਾਂਦਾ ਹੂੰ ਹੂੰ ਜਿੱਥੇ ਤੱਕ ਇਲੈਕਸ਼ਨਾਂ ਦੀ ਗੱਲ ਹੈ ਜੀ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਲੈਕਸ਼ਨ ਤੁਹਾਡੇ ਮੁਲਕ ਦੇ ਵਿੱਚ ਹੈਗੇ 2 ਦਿਨਾਂ ਦੀ ਹੂੰ ਅਖੀਲੇ 2 ਦਿਨਾਂ ਦੀ ਹੂੰ ਹੂੰ ਜਿਹੜਾ ਇਨਸਾਨ ਜਿਹੜਾ ਕੈਂਡੀਡੇਟ ਮੈਂ ਕਹੂੰਗਾ ਜਿਹੜੇ ਜਿਹੜੇ ਉਮੀਦਵਾਰ ਲੋਕਾਂ ਦੇ ਨੁਮਾਇੰਦੇ ਨੇ ਜਿਹੜੇ ਅਖੀਰਲੇ 2 ਦਿਨਾਂ ਚ ਸਹੀ ਚੀਜ਼ਾਂ ਸਹੀ ਟਾਈਮ ਤੇ ਸਹੀ ਇਨਸਾਨ ਨੂੰ ਪਹੁੰਚਾ ਜਣਗੇ ਹੂੰ ਹੂੰ ਉਹ ਲੋਕਾਂ ਦੀ ਨਮਾਇੰਦਗੀ ਖਰੀਦ ਲੈਣਗੇ ਹੂੰ ਹੂੰ ਤੇ ਇਲੈਕਸ਼ਨ ਇੱਥੇ ਲੜੀ ਨਹੀਂ ਜਾਂਦੀ ਖਰੀਦੀ ਜਾਂਦੀ ਹੈ ਖਰੀਦੀ ਜਾਂਦੀ ਲੁੱਟੀ ਜਾਂਦੀ ਹੈ ਤੇ ਮੈਨੂੰ ਮੈਨੂੰ ਜਿਹੜੀ ਉਹ ਉਹ ਤਦਾਦ ਹੈ ਜਿਹੜੀ ਜਿਹੜੀ ਇਸ 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 ਬੱਚੀ ਨੂੰ ਰੱਖ ਕੇ ਵੋਟ ਪਾਉਂਦੀ ਹੈ ਜਿਹੜੀ ਇਸ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ ਇਸ ਤਰੀਕੇ ਦੇ ਵਿੱਚ ਤੇ ਮੈਂ ਤਾਂ ਇਹ ਮੰਨਦਾ ਕਿ ਇਹ ਸ਼ਾਇਦ ਆਈ ਮਾਈਟ ਗੇਟ ਇਨ ਟੂ ਟ੍ਰਬਲ ਫਾਰ ਥਿਸ ਪਰ ਮੈਂ ਇਹ ਕਹਿੰਦਾ ਕਿ ਇਹੋ ਜੀ ਕਿਸਮ ਦੀ ਜਿਹੜੀ ਡੈਮੋਕ੍ਰੇਸੀ ਹੈਗੀ ਹੈ ਡੈਮੋਕ੍ਰੇਸੀ ਜਿਹੜੀ ਹੈ ਜੇ ਤੁਸੀਂ ਲੋਕਾਂ ਨੂੰ ਬੇਰੋਜ਼ਗਾਰ ਰੱਖੋਗੇ ਲੋਕਾਂ ਨੂੰ ਤੁਸੀਂ ਐਜੂਕੇਸ਼ਨ ਨਹੀਂ ਦੇਵੋਗੇ ਲੋਕਾਂ ਨੂੰ ਆਰਥਿਕ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਕਰੋਗੇ ਤਾਂ ਡੈਮੋਕ੍ਰੇਸੀ ਜਿਹੜੀ ਹੈ ਇਹ ਡਿਕਟੇਟਰਸ਼ਿਪ ਵਰਗੀ ਹੈ ਡਿਕਟੇਟਰਸ਼ਿਪ ਭਾਵੇਂ ਇੱਕ ਪਾਰਟੀ ਦੀ ਹੋਵੇ ਭਾਵੇਂ ਦੋ ਪਾਰਟੀਆਂ ਦੀ ਹੋਵੇ ਇਕੁਅਲ ਟੂ ਡਿਕਟੇਟਰਸ਼ਿਪ ਸਟੇ ਨਾਲ ਤੇਜ ਕੋਲਰ ਜੁੜੇ ਹੋਏ ਨੇ ਦੇਖਦੇ ਆ ਕੀ ਗੱਲ ਕਰਦੇ ਆਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਮੇਰਾ ਨਾਮ ਕੁਲਦੀਪ ਸਿੰਘ ਆ ਨਾ ਮਕਰਿਆਡ ਬੋ ਰਿਹਾ ਜੀ ਹਾਂਜੀ ਕੁਲਪੀਰ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਮੈਂ ਮੈਂ ਤਾਂ ਇੱਕ ਗੱਲ ਕਰਨਾ ਚਾਹੁੰਦਾ ਮਨ ਲਓ ਸ਼ਹੀਦ ਤੇ ਹੁੰਦੇ ਰਹਿਣੇ ਜੀ ਮਨ ਲਓ ਜਿੱਦਾਂ ਜਿਹੜਾ ਦੁਨੀਆ ਮਨ ਲਓ ਕਿਵਦਾ ਕਰੋ ਲੋੜ ਪਈ ਨਹੀਂ ਹੈਲੋ ਹਾਂਜੀ ਹਾਂ ਸੁਣ ਰਹੇ ਆਂ ਸੀ ਗੱਲ ਕਰਦੇ ਰਹੋ ਤੁਸੀਂ ਹਾਂਜੀ ਮੈਂ ਇਹ ਕਹਿ ਰਿਹਾ ਮਨ ਲਓ ਜਿੰਨਾ ਜਿਹੜਾ ਆਪਣਾ ਦੇਜ ਆ ਜਿੰਨਾ ਜਿਹੜੀ ਜ਼ਿੰਦਗੀ ਆਪਣਾ ਤਾਂ ਨੋੜ ਹੀ ਪੈਂਦੀ ਰਹਿਣੀ ਸ਼ਹੀਦ ਹੁੰਦੇ ਰਹਿਣੇ ਸੇਫ ਇਹ ਮਾਲੋ ਜਿਹੜੇ ਮਾਲੋ ਸਰ ਆਪਣੇ ਗੱਲੋ ਆਪਣੇ ਦੇਜ ਭਰੇ ਖੁਵਾ ਹੀ ਦੇ ਕੇ ਮਰੇ ਅੱਜ ਹਾਂਜੀ ਹਾਂ ਬਿਲਕੁਲ ਹੋਰ ਕੁਝ ਗੱਲ ਕਰਨੀ ਚਾਹੁੰਦੇ ਹੋ ਕੁਲਵੀਰ ਜੀ ਤੁਸੀਂ ਸਰ ਮੈਂ ਸਰ ਇਹ ਗੱਲ ਜਨਾ ਮਾਲੋ ਇਹਦੇ ਖੁਵਾ ਜੀ ਸਰ ਮਾਲੋ ਸ਼ੀਟ ਹੋ ਗਿਆ ਜਦੋਂ ਜੱਲ੍ਹਿਆਂ ਵਾਲੇ ਬਾਗ ਦੇ ਸਰ ਉਹਨਾਂ ਬਾਰੇ ਤਾਂ ਕੋਈ ਸਰ ਸੋਚਦਾ ਹੀ ਨਹੀਂ ਦੱਸਦਾ ਹੀ ਨਹੀਂ ਜੀ ਹਾਂ ਜੀ ਹ ਬਿਲਕੁਲ ਬਿਲਕੁਲ ਐਸੇ ਲਈ ਅਸੀਂ ਗੱਲ ਕਰ ਰਹੇ ਹਾਂ ਇੱਥੇ ਅੱਜ ਸਾਡੇ ਜਾਗੋ ਪੰਜਾਬ ਸ਼ੋਅ ਦੇ ਵਿੱਚ ਕਿ ਜਿਹੜੇ ਸਹੀ ਸ਼ਹੀਦ ਨੇ ਕੁਲਬੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਜਿਹੜੇ ਅਸਲ ਦੇ ਵਿੱਚ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਆਪਣੀ ਕੌਮ ਦੇ ਲਈ ਆਪਣੀ ਦੇਸ਼ ਦੇ ਲਈ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਸਰਕਾਰ ਜਾਂ ਲੋਕ ਮੁੱਲ ਪਾਉਣ ਦੇ ਵਿੱਚ ناکਾਮ ਰਹੇ ਨੇ ਨਹੀਂ ਦੇਖੋ ਲੋਕਾਂ ਤੇ ਨਹੀਂ ਮੈਂ ਗੱਲ ਪਾਉਂਗਾ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਸੀਂ ਸ਼ਹੀਦਾਂ ਨੂੰ ਵੀ ਸੀਮਿਤ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਹੁਣ ਸਰਬਜੀਤ ਸਾਹਿਬ ਦੀ ਮੌਤ ਹੋਈ ਹੈ ਤੇ ਇਹਨਾਂ ਨੂੰ ਵੀ ਫਰੀਜ਼ ਕਰਨ ਦੀ ਕੋਸ਼ਿਸ਼ ਰਹੀ ਹੈ ਕਿ ਸ਼ਾਇਦ ਕੋਈ ਸੈਂਟਰ ਤੋਂ ਆਇਆ ਤਾਂ ਉਹ ਕਾਬੂ ਕਰ ਲੇ ਜੇ ਕੋਈ ਸਟੇਟ ਦਾ ਹੈਗਾ ਤਾਂ ਉਹ ਵੱਤ ਵੱਲ ਉਹਨੂੰ ਕੈਸ਼ ਕਰ ਲੇ ਤੇ ਮੇਰਾ ਇਹ ਮੰਨਣਾ ਹੈ ਕਿ ਲੋਕਾਂ ਦੇ ਵਿੱਚ ਲੋਕ ਸ਼ਹੀਦ ਜਿਹੜੇ ਨੂੰ ਲੋਕਾਂ ਦੇ ਹੁੰਦੇ ਨੇ ਤੇ ਲੋਕਾਂ ਦੇ ਮੰਨਣ ਤੇ ਹੁੰਦੇ ਨੇ ਇੱਕ ਸ਼ਹੀਦ ਕੋਈ ਕੋਈ ਸ਼ਹੀਦ ਹੈ ਜਾਂ ਨਹੀਂ ਹੈ ਤੇ ਦੂਜੀ ਗੱਲ ਸ਼ਹੀਦ ਦਾ ਸਤਿਕਾਰ ਲੋਕਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਜੇ ਥੈਰੇਪੀ ਸਾਹਿਬ ਦੀ ਗੱਲ ਆਪਾਂ ਕਰ ਰਹੇ ਹਾਂ ਮੈਂ ਇਹ ਕਹਿਣਾ ਕਿ ਗੱਲ ਸਰਪਜੀਤ ਇਕੱਲੇ ਇੰਡੀਵਿਜੂਅਲ ਦੀ ਨਹੀਂ ਹੈਗੀ ਇਹ ਸਿਸਟਮ ਦੀ ਗੱਲ ਹੈ ਇਹ ਆਪਾਂ ਇਹਦੇ ਬਾਰੇ ਜਦ ਇਹਨਾਂ ਦੀ ਇੰਨੀ মিডিਆ ਕ੍ਰੀਏਸ਼ਨ ਇੰਨੀ ਹਾਈਪ ਹੋ ਗਈ ਜਦ ਮੀਡੀਆ ਦੇ ਵਿੱਚ ਜਦ ਮਾਮਲਾ ਇੰਨਾ ਗਰਮ ਗਰਮਾਇਆ ਗਿਆ ਤੇ ਇੰਨੇ ਇਮੋਸ਼ਨਲੀ ਲੋਕੀ ਇਨਵੋਲ ਹੋ ਗਏ ਇਸ ਟੀਨਲ ਹਰ ਇੱਕ ਸਿਆਸਤਦਾਨ ਇੱਕ ਤੋਂ ਵੱਧ ਕੇ ਇੱਕ ਬਿਆਨ ਦਿੰਦਾ ਸੀ ਕੋਈ ਬਿਆਨ ਦਿੰਦਾ ਸੀ ਵੱਧ ਕੇ ਤੇ ਉਹ ਤੋਂ ਵੱਧ ਕੇ ਦੂਜਾ ਸਿਆਸਤਦਾਨ ਬਿਆਨ ਦਿੰਦਾ ਸੀ ਮੈਂ ਮਤਲਬ ਮੀਡੀਆ ਨੂੰ ਵੀ ਇਹ ਰਿਕੁਐਸਟ ਕਰਦਾ ਕਿ ਉਹ ਅੱਜ ਇਸ ਟੀਨਲ ਅਫੇਅਰ ਨੂੰ ਪੁੱਛਣ ਮਿਨਿਸਟਰੀ ਨੂੰ ਕਿ ਅੱਜ ਉਹ ਇਸ ਟੀਜ਼ ਬਾਰੇ ਇਸ ਮੁੱਦੇ ਬਾਰੇ ਕੀ ਕਰ ਰਹੇ ਨੇ ਕੀ ਉਹਨਾਂ ਦਾ ਬਹੁਤ ਜ਼ਰੂਰੀ ਸੀ ਉਹਨਾਂ ਦਾ ਅੱਜ ਅੱਜ ਮਹੀਨੇ ਬਾਅਦ ਜਿੰਨਾ ਵੀ ਟਾਈਮ ਨਿਕਲ ਗਿਆ ਹੈ ਉਹਦੇ ਬਾਅਦ ਇਹ ਕੀ ਹਵਾ ਦੇ ਫੋਲੋਇੰਗ ਇਟ ਅਪ ਕੀ ਇਹਦੇ ਬਾਰੇ ਕੀ ਮਤਲਬ ਸਟ੍ਰੈਟਜੀ ਕੀ ਬਣਾਈ ਕੀ ਹੈ ਕੀ ਬਣਾਈ ਹੋਈ ਹੈ ਬਿਲਕੁਲ ਅਭੀ ਤੇਜ ਤੁਸੀਂ ਇਸ ਸਟੂਡੀਓ ਚ ਆਏ ਅੱਜ ਇੱਕ ਅਹਿਮ ਤੇ ਨਾਜ਼ੁਕ ਵਿਸ਼ੇ ਤੇ ਆਪਾਂ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਸੋ ਇਸ ਦੇ ਨਾਲ ਹੀ ਜਾਗੋ ਪੰਜਾਬ ਦੇ ਸ਼ੋਅ ਦਾ ਵੇਲਾ ਖਤਮ ਹੁੰਦਾ ਹੈ ਐਡੀਟਰ @dayandnightnews.com ਤੇ ਤੁਹਾਡੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਤੁਹਾਡੇ ਵੱਲੋਂ ਸੁਝਾਏ ਗਏ ਕਈ ਸੱਜਣਾ ਨੂੰ ਅਸੀਂ ਸਟੂਡੀਓ 'ਚ ਬੁਲਾਉਂਦੇ ਰਹਿੰਦੇ ਹਾਂ ਅਤੇ ਤੁਸੀਂ ਸਾਨੂੰ ਜੋ ਈਮੇਲ ਰਾਹੀਂ رائے ਦਿੰਦੇ ਹੋ ਉਸ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਫਿਲਹਾਲ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ ਸਤਿ ਸ਼੍ਰੀ ਅਕਾਲ ਰੱਬ ਰਾਖਾ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ आप मिलेंगे फेसबुक अस् दिखा यूट्यूब फॉलो करो ट्विटर खबर जुड़े रहो दिन रात